ਦੋਸਤੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ ਜੀ ਪ੍ਰੀ ਪ੍ਰਾਇਮਰੀ ਪੋਸਟਾਂ ਦੇ ਲਈ ਗ੍ਰੋਥ ਐਂਡ ਡਿਵੈਲਪਮੈਂਟ ਆਫ ਚਾਈਲਡ ਪਾਰਟ 8 ਬਰੀ ਇੰਪੋਰਟੈਂਟ ਕੁਐਸਚਨਸ ਨੇ ਪਲੀਜ਼ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜਿਹੜੇ ਦੋਸਤ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਪਲੀਜ਼ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਤੇ ਪ੍ਰੈਸ ਜਰੂਰ ਕਰ ਲੈਣ ਜੀ ਤਾਂ ਜੋ ਤੁਹਾਡੇ ਤੱਕ ਜਿਹੜੇ ਪ੍ਰੀ ਪ੍ਰਾਇਮਰੀ ਪੋਸਟਾਂ ਦਾ ਜਿਹੜਾ ਅਕੋਰਡਿੰਗ ਟੂ ਸਿਲੇਬਸ ਵੀਡੀਓਜ਼ ਨੇ ਉਹ ਸਮੇਂ ਸਿਰ ਪਹੁੰਚ ਸਕਣ आओ शुरू कर दें अपना फस्ट क्वेश्चन है जी न्यूनेट्स कैन सी क्लीअरली एट अ डिस्टेंस ऑफ नवजात शिशु कि दूरी तक स्पष्ट देख सकते हैं अपना राइट आंसर है जी ऑप्शन बी नवजात शिशु अठ तो दस इंच की दूरी तक स्पष्ट देख सकते हैं जी इस तरह ऑप्शन बी करैक्ट है दोस्तों नैक्सट क्वेश्चन लेंदे हाँ जी an infant can discriminate the mother's voice from other female voices ਇੱਕ ਸ਼ਿਸ਼ੂ ਦੂਸਰੀਆਂ ਔਰਤਾਂ ਦੀਆਂ ਆਵਾਜ਼ਾਂ ਵਿੱਚੋਂ ਆਪਣੀ ਮਾਂ ਦੀ ਆਵਾਜ਼ ਪਛਾਣਨ ਲੱਗ ਜਾਂਦਾ ਹੈ ਤਾਂ ਆਪਣਾ ਸਹੀ ਉਤਰ ਹੈ ਦੋਸਤੋ অপਸ਼ਨ a in the first week of birth ਜਨਮ ਦੇ ਪਹਿਲੇ ਹਫ਼ਤੇ ਵਿੱਚ ਹੀ ਇੱਕ ਸ਼ਿਸ਼ੂ ਦੂਸਰੀਆਂ ਔਰਤਾਂ ਦੀਆਂ ਆਵਾਜ਼ਾਂ ਵਿੱਚੋਂ ਆਪਣੀ ਮਾਂ ਨੂੰ ਮਾਂ ਦੀ ਜਿਹੜੀ ਆਵਾਜ਼ ਹੈ ਉਸ ਨੂੰ ਪਛਾਣਨ ਦੇ ਯੋਗ ਹੋ ਜਾਂਦਾ ਹੈ ਜੀ ਉਸ ਨੂੰ ਪਛਾਣਨ ਲੱਗ ਜਾਂਦਾ ਹੈ ਇਸ ਤਰ੍ਹਾਂ ਆਪਸ਼ਨ A ਬਿਲਕੁਲ ਕਰੈਕਟ ਹੈ ਦੋਸਤੋ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। On an average the baby grows about dash inches in length in the first year. ਪਹਿਲੇ ਸਾਲ ਵਿੱਚ ਇੱਕ ਸਧਾਰਨ ਸ਼ਿਸ਼ੂ ਦੀ ਲੰਬਾਈ ਵਿੱਚ ਲਗਭਗ dash ਇੰਚ ਦਾ ਵਾਧਾ ਹੁੰਦਾ ਹੈ। ਆਪਣਾ ਸਹੀ ਉੱਤਰ ਹੈ ਦੋਸਤੋ ਆਪਸ਼ਨ D 10 ਤੋਂ 12 ਇੰਚ ਪਹਿਲੇ ਸਾਲ ਵਿੱਚ ਇੱਕ ਸਧਾਰਨ ਸ਼ਿਸ਼ੂ ਦੀ ਲੰਬਾਈ ਦੇ ਵਿੱਚ ਲਗਭਗ 10 ਤੋਂ 12 ਇੰਚ ਦਾ ਵਾਧਾ ਹੁੰਦਾ ਹੈ ਜੀ। ਇਸ ਤਰ੍ਹਾਂ ਆਪਸ਼ਨ D ਕਰੈਕਟ ਹੈ ਦੋਸਤੋ। ਦੋਸਤੋ ਇਹ ਜਿਹੜੇ ਕੁਐਸਚਨਸ ਨੇ ਅਕੋਰਡਿੰਗ ਟੂ ਸਿਲੇਬਸ ਨੇ ਐਨਟੀਟੀ ਦੇ ਜਿਹੜੀਆਂ ਬੁੱਕਸ ਨੇ ਉਹਨਾਂ ਦੇ ਵਿੱਚੋਂ ਪ੍ਰਪੇਅਰ ਕੀਤੇ ਗਏ ਨੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੀ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਸ਼ਿਸ਼ੂ ਨੂੰ ਕਿਸ ਉਮਰ ਤੱਕ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ ਐਨ ਇਨਫੈਂਟ ਸ਼ੁੱਡ ਬੀ ਬ੍ਰੈਸਟ ਫੈਡ ਟਿਲ ਡੈਸ਼ ইयर्स ਆਫ ਏਜ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਬੀ ਬਿਲਕੁਲ ਕਰੈਕਟ ਹੈ ਜੀ 1 ਤੋਂ 1.5 ਸਾਲ ਦੀ ਉਮਰ ਤੱਕ ਸ਼ਿਸ਼ੂ ਨੂੰ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ ਜੀ ਇਸ ਤਰ੍ਹਾਂ ਆਪਸ਼ਨ ਬੀ ਕਰੈਕਟ ਹੈ ਦੋਸਤੋ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਨਾਰਮਲ weight ਆਫ ਅ 1 ਇਅਰ 올ਡ ਚਾਈਲਡ ਇਜ਼ 1 ਸਾਲ ਦੇ ਬੱਚੇ ਦਾ ਔਸਤ ਵਜ਼ਨ ਕਿੰਨਾ ਹੁੰਦਾ ਹੈ ਆਪਣਾ ਸਹੀ ਉੱਤਰ ਹੈ ਦੋਸਤੋ ਆਪਸ਼ਨ A 1 ਸਾਲ ਦੇ ਬੱਚੇ ਦਾ ਔਸਤ ਵਜ਼ਨ ਲਗਭਗ 8 ਤੋਂ 9 ਕਿਲੋਗ੍ਰਾਮ ਹੁੰਦਾ ਹੈ ਜੀ ਇਸ ਤਰ੍ਹਾਂ ਆਪਸ਼ਨ A ਕਰੈਕਟ ਹੈ ਦੋਸਤੋ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਔਰ 3 ਇਅਰਜ਼ 올ਡ ਚਾਈਲਡ ਹੈਜ਼ ਅ ਕੰਪਲੀਟ ਸੈਟ ਆਫ ਡੈਸ਼ ਟੀਥ ਇੱਕ 3 ਸਾਲ ਦੇ ਬੱਚੇ ਦੇ ਦੁੱਧ ਦੰਦਾਂ ਦੀ ਗਿਣਤੀ ਕਿੰਨੀ ਹੁੰਦੀ ਹੈ ਤਾਂ ਆਪਣਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ ਸੀ b ਹੁੰਦੀ ਹੈ ਜੀ ਇੱਕ 3 ਸਾਲ ਦੇ ਬੱਚੇ ਦੇ ਦੁੱਧ ਦੰਦਾਂ ਦੀ ਗਿਣਤੀ 20 ਹੁੰਦੀ ਹੈ ਜੀ ਇਸ ਤਰ੍ਹਾਂ ਆਪਸ਼ਨ ਸੀ ਕਰੈਕਟ ਹੈ ਦੋਸਤੋ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਟੋਟਲਰ ਹੁੱਡ ਇਜ਼ ਦਾ ਪੀਰੀਅਡ ਆਫ ਟੋਟਲਰ ਹੁੱਡ ਕਿਸ ਸਮੇਂ ਨੂੰ ਕਿਹਾ ਜਾਂਦਾ ਹੈ ਜੀ ਤਾਂ ਆਪਣਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ a 13 ਤੋਂ 36 ਮਹੀਨੇ ਦੀ ਜਿਹੜੀ ਉਮਰ ਹੁੰਦੀ ਹੈ ਜੀ ਬੱਚੇ ਦੀ ਇਸ ਸਮੇਂ ਨੂੰ ਟੋਡਲਰ ਹੂਡ ਕਿਹਾ ਜਾਂਦਾ ਹੈ ਜੀ ਇਸ ਤਰ੍ਹਾਂ ਆਪਸ਼ਨ ਏ ਬਿਲਕੁਲ கரெક્ટ ਹੈ ਦੋਸਤੋ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਦ ਗਵਰਨਮੈਂਟ ਆਫ ਇੰਡੀਆ ਰੈਕੋਗਨਾਈਜ਼ਡ ਦੀ ਸਿਗਨੀਫਿਕੈਂਸ ਆਫ ECCE ਥਰੂ ਦਾ ਅਮੈਂਡਡ ਆਰਟੀਕਲ ਡੈਸ਼ ਆਫ ਇੰਡੀਅਨ ਕਨਸਟੀਟਿਊਸ਼ਨ ਭਾਰਤੀ ਸੰਵਿਧਾਨ ਦੇ ਕਿਹੜੇ ਅਨੁਸ਼ੇਦ ਦੁਆਰਾ ਭਾਰਤ ਸਰਕਾਰ ਨੇ ECCE ਦੇ ਮਹੱਤਵ ਨੂੰ ਮਾਨਤਾ ਦਿੱਤੀ ECCE ਦਾ ਮਤਲਬ ਹੈਗਾ ਜੀ अर्ली ਚਾਈਲਡਹੂਡ ਕੇਅਰ ਐਂਡ এডਿਕੇਸ਼ਨ ਇਸ ਨੂੰ ਮਾਨਤਾ ਦਿੱਤੀ ਸੀ ਜੀ ਇਸ ਦੀ ਮਹੱਤਤਾ ਨੂੰ ਕਿਸ ਸੰਵਿਧਾਨ ਦੇ ਵਿੱਚ ਦਿੱਤੀ ਗਈ ਸੀ ਤਾਂ ਆਪਣਾ ਸਹੀ ਉੱਤਰ ਹੈ ਦੋਸਤੋ ਆਪਸ਼ਨ ਬੀ ਇਹ ਇਸ ਨੂੰ 45ਵਾਂ ਜਿਹੜਾ ਆਪਣਾ ਹੈ ਜੀ ਅਨੁਛੇਦ ਹੈ ਆਰਟੀਕਲ ਹੈ ਉਸ ਦੇ ਦੁਆਰਾ ਇਸ ਨੂੰ ਮਾਨਤਾ ਦਿੱਤੀ ਗਈ ਸੀ ਜੀ ਇਸ ਤਰ੍ਹਾਂ ਆਪਸ਼ਨ ਬੀ கரੈਕਟ ਹੈ ਦੋਸਤੋ ਨੈਕਸਟ ਕੁਐਸਚਨ ਲੈਂਦੇ ਹਾਂ ਜੀ the integrated child development services icds was initiated in ekikrit bal vikas sevama program kado shuru kita gaya si ta apna right answer hai dosto option a 1975 de vich ekikrit bal vikas program hai jo oh shuru kita gaya si ji is tarah option a correct hai dosto agla prashn lende hain ji jean piaze was a jean piaze uh, kis desh da monovigyanik si ji apne dasna hai ਤਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ A ਕਰੈਕਟ ਹੈ ਜੀ ਜੀਨ ਪਿਆਜੇ ਸਵਿਟਜ਼ਰਲੈਂਡ ਦਾ ਮਨੋਵਗੈਨਿਕ ਸੀ ਜੀ ਸਵਿਸ ਸਾਈਕੋਲੋਜਿਸਟ ਸੀ ਇਸ ਤਰ੍ਹਾਂ ਆਪਸ਼ਨ A ਕਰੈਕਟ ਹੈ ਦੋਸਤੋ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਜੀਨ ਪਿਆਜੇਜ਼ ਥਿਉਰੀ ਆਫ ਕಾಗ್ਨੀਟਿਵ ਡਿਵੈਲਪਮੈਂਟ ਵਾਸ ਡਿਵਾਈਡਡ ਇਨਟੂ ਡੈਸ਼ ਸਟੇਜਸ ਜੀਨ ਪਿਆਜੇ ਦੁਆਰਾ ਦਿੱਤਾ ਗਿਆ ਬੌਧਿਕ ਵਿਕਾਸ ਦਾ ਸਿਧਾਂਤ ਕਿੰਨੇ ਪੜਾਵਾਂ ਦੇ ਵਿੱਚ ਵੰਡਿਆ ਗਿਆ ਸੀ ਤਾਂ ਆਪਣਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ C ਚਾਰ ਪੜਾਵਾਂ ਦੇ ਵਿੱਚ ਵੰਡਿਆ ਗਿਆ ਸੀ ਜੀਨ ਪਿਆਜੇ ਦੁਆਰਾ ਦਿੱਤਾ ਗਿਆ ਬੌਧਿਕ ਵਿਕਾਸ ਦਾ ਸਿਧਾਂਤ ਇਸ ਤਰ੍ਹਾਂ ਆਪਸ਼ਨ ਸੀ ਬਿਲਕੁਲ ਕਰੈਕਟ ਹੈ ਦੋਸਤੋ ਇਸ ਦੇ ਜਿਹੜੇ ਚਾਰ ਪੜਾ ਸੀਗੇ ਉਹ ਸੈਂਸਰੀ ਮੋਟਰ ਸਟੇਜ ਸੀ ਫਰਸਟ ਫਿਰ ਪ੍ਰੀ ਆਪਰੇਸ਼ਨਲ ਸਟੇਜ ਫਿਰ ਪੋਸਟ ਆਪਰੇਸ਼ਨਲ ਸਟੇਜ ਤੇ ਲਾਸਟ ਸੀ ਜਿਹੜੀ ਉਹ ਫਾਰਮਲ ਸਟੇਜ ਸੀ ਇਸ ਤਰ੍ਹਾਂ ਚਾਰ ਪੜਾਵਾਂ ਦੇ ਵਿੱਚ ਵੰਡਿਆ ਗਿਆ ਸੀ ਆਪਸ਼ਨ ਸੀ ਬਿਲਕੁਲ ਕਰੈਕਟ ਹੈ ਦੋਸਤੋ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਪਿਆਜੇਸ ਸੈਂਸਰੀ ਮੋਟਰ ਸਟੇजेस ਇਜ਼ ਡਿਵਾਈਡਡ ਇਨਟੂ ਡੈਸ਼ ਸਬਸਟੇजेस ਜਿਹੜੀ ਪਿਆਜੇ ਦੀ ਸਵੇਦੀ ਕਿਰਿਆਤਮਕ ਅਵਸਥਾ ਸੀ ਜਿਹੜੀ ਇਹ ਕਿੰਨੇ ਉਪਪਰਾਮਾਂ ਦੇ ਵਿੱਚ ਵੰਡੀ ਹੋਈ ਸੀ ਜੀ ਅੱਗੇ ਜਿਹੜੀ ਸੈਂਸਰੀ ਮੋਟਰ ਸਟੇਜ ਸੀ ਉਸਦੇ ਕਿੰਨੀਆਂ ਸਬ ਸਟੇਜ ਸੀ ਜੀ ਆਪਾਂ ਨੇ ਉਹ ਦੱਸਣਾ ਹੈ ਜੀ ਤਾਂ ਇਸ ਕੁਐਸਚਨ ਦੇ ਅਕੋਰਡਿੰਗ ਦੋਸਤੋ ਆਪਣੀ ਆਪਸ਼ਨ ਸੀ ਬਿਲਕੁਲ ਕਰੈਕਟ ਹੈ ਜੀ ਸੈਂਸਰੀ ਮੋਟਰ ਸਟੇਜ 6 ਸਬ ਸਟੇਜਸ ਦੇ ਵਿੱਚ ਵੰਡੀ ਹੋਈ ਸੀ ਜੀ ਇਸ ਤਰ੍ਹਾਂ ਆਪਸ਼ਨ ਸੀ ਕਰੈਕਟ ਹੈ ਦੋਸਤੋ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਸੈਕਿੰਡ ਸਬ ਸਟੇਜ ਆਫ ਸੈਂਸਰੀ ਮੋਟਰ ਸਟੇਜ ਲਾਸਟਸ ਸਵੇਦੀ ਕਿਰਿਆਤਮਕ ਪੜਾ ਦਾ ਦੂਜਾ ਪਪੜਾ ਡੈਸ਼ ਦੀ ਉਮਰ ਵਿੱਚ ਹੁੰਦਾ ਹੈ ਆਪਾਂ ਨੇ ਦੱਸਣਾ ਹੈ ਜੀ ਜਿਹੜਾ ਸੈਂਸਰੀ ਮੋਟਰ ਸਟੇਜ ਹੈ ਉਸ ਦਾ ਜਿਹੜਾ ਸੈਕਿੰਡ ਸਬਸਟੇਜ ਸੀ ਉਹ ਕਿੰਨੇ ਸਮੇਂ ਦੇ ਦੌਰਾਨ ਹੁੰਦੀ ਹੈ ਜੀ ਬੱਚੇ ਦੀ ਕਿਹੜੀ ਉਮਰ ਦੇ ਦੌਰਾਨ ਹੁੰਦੀ ਹੈ ਤਾਂ ਆਪਣਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ A ਦੂਜੇ ਤੋਂ ਚੌਥੇ ਮਹੀਨੇ ਤੱਕ ਹੁੰਦੀ ਹੈ ਜੀ ਇਹ ਤਾਂ ਆਪਸ਼ਨ A ਬਿਲਕੁਲ ਕਰੈਕਟ ਹੈ ਦੋਸਤੋ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਦਾ ਕਾਗਨੀਟਿਵ ਅਬਿਲਟੀ ਦੈਟ ਇੰਡੀਕੇਟਸ ਦਾ ਬਿਗਨਿੰਗ ਆਫ ਦਾ ਪ੍ਰੀਆਪਰੇਸ਼ਨਲ ਪੀਰੀਅਡ ਇਸ ਕਿਹੜੀ ਬੌਧਿਕ ਯੋਗਤਾ ਪੂਰਵ ਸੰਕੇਰਿਆਤਮਕ ਪੜਾਅ ਦੇ ਸ਼ੁਰੂਆਤ ਨੂੰ ਦਰਸਾਉਂਦੀ ਹੈ ਕਿਸ ਆਪਣੇ ਦੱਸਣਾ ਹੈ ਜੀ ਕਿਸ ਯੋਗਤਾ ਦੇ ਨਾਲ ਜਿਹੜਾ ਪ੍ਰੀ-ਆਪਰੇਸ਼ਨਲ ਪੀਰੀਅਡ ਹੈ ਜੀ ਉਹ ਸ਼ੁਰੂ ਹੁੰਦਾ ਹੈ ਪਹਿਲਾਂ ਕਿਹੜੀ ਯੋਗਤਾ ਬੱਚਾ ਪ੍ਰਾਪਤ ਕਰਦਾ ਹੈ ਜੀ ਇਸ ਸਮੇਂ ਦੇ ਦੌਰਾਨ ਤਾਂ ਆਪਣਾ ਰਾਈਟ ਆਨਸਰ ਹੈ ਦੋਸਤੋ ਆਪਸ਼ਨ A ਅਬਿਲਟੀ ਫਾਰ ਸਿੰਬੋਲਿਕ ਥਿੰਕਿੰਗ ਪ੍ਰਤੀਕਾਤਮਕ ਚਿੰਤਨ ਦੀ ਜਿਹੜੀ ਯੋਗਤਾ ਬੱਚਾ ਉਸ ਨੂੰ ਗ੍ਰਹਿਣ ਕਰਦਾ ਹੈ ਜੀ ਇਸ ਤਰ੍ਹਾਂ ਆਪਸ਼ਨ A ਬਿਲਕੁਲ ਕਰੈਕਟ ਹੈ ਜੀ ਦੋਸਤੋ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਸਮਾਪਤ ਹੁੰਦੀ ਹੈ ਜੀ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜ Thank you for watching.